ਜਿਹੜਾ ਵਿਰੋਧ ਹੋਇਆ ਵਾ ਉਹ ਜ਼ਖਮ ਨੇ ਪੰਜਾਬ ਦੇ ਤੇ ਪੰਜਾਬੀਆਂ ਨੂੰ ਦਿੱਤੇ ਜ਼ਖਮ ਕਾਂਗਰਸ ਵੱਲੋਂ, ਇਹ ਜ਼ਖਮ ਭਰੇ ਨਹੀਂ। ਉਹ ਬਾਬੇ ਨਾਨਕ ਦੇ ਨਾਲ ਪੰਜੇ ਨਾਲ ਆਪਣਾ ਪੰਜਾ ਮਿਲਾ ਰਹੀ ਆ। ਇਹ ਜ਼ਖਮ ਜਾਣ ਕੇ ਹਰਾਏ ਕਰਦੇ ਆ ਇਹ ਲੋਕ, ਇੱਕ ਦੁੱਖ ਦੀ ਨਬਜ਼ ਤੇ ਹੱਥ ਰੱਖ ਕੇ। ਭੰਗੜੇ ਦਾ ਬਿੱਟੂ ਤੇ ਰਾਜਾ ਇਕੱਠੇ ਪਾਉਂਦੇ ਆ, ਹੁਣ ਅਸੀਂ ਕਿਵੇਂ ਨਿਸ਼ਾਨਾ ਬਣਾਉਂਦੇ ਆ? ਅਸੀਂ ਤਾਂ ਆਪਣੀ ਸੇਵਾ ਕਰਦੇ ਫਿਰਦੇ ਆ ਲੋਕਾਂ ਦੀ। ਉਹ ਅੱਜ ਕ੍ਰਿਸਚਨ ਭਾਈਚਾਰੇ ਕੋਲ ਕਿਹੜੇ ਮੂੰਹ ਨਾਲ ਦੋਨੇ ਵੋਟਾਂ ਮੰਗਣ ਜਾਊਗੇ, ਜਿਹੜਾ ਉਹਨਾਂ ਦੇ ਹਾਜ਼ਰੀ ਦੇ ਵਿੱਚ ਘਲਈਏ ਨੇ ਗੱਲਾਂ ਕਹੀਆਂ ਨੇ। ਉਹਨਾਂ ਦਾ ਕੰਮ ਆ ਪਹਿਲਾਂ ਕਰ ਲਓ ਫਿਰ ਮਾਫ਼ੀ ਮੰਗ ਲਓ। ਇਹ ਕੀ ਕੰਮ ਆ ਜਿਹੜਾ ਭਾਈਚਾਰੇ ਨੂੰ ਅਗਲੇ ਨੂੰ ਠੇਸ ਪਹੁੰਚਦੀ ਆ? ਕਿਉਂ ਨਾ ਚਰਚ ਬਣੂਗੀ? ਤਾਂ 1,80,00,000 ਰੁਪਇਆ ਰਾਤੋ ਰਾਤ ਕਿਹੜੀ ਬਿੱਟੂ ਦੇ ਅੰਦਰ ਉੱਤੇ ਮਸ਼ੀਨ ਲੱਗੀ ਆ ਜਿਹੜਾ ਉਹਨੇ ਛਾਪ ਕੇ ਜਮ੍ਹਾਂ ਕਰਾਤਾ? ਦੇਖੋ ਮੱਲੇ ਦੀ ਰਾਜਨੀਤੀ ਖਤਮ ਹੋ ਚੁੱਕੀ। ਕੁਲਵੰਤ ਸਿੱਧੂ ਨੇ ਤੇ ਸ਼ੀਨਾ ਮੈਡਮ ਨੇ ਪਹਿਲਾਂ ਹੀ ਖਤਮ ਕਰਤੀ ਸੀ। ਇਹ ਮੱਲੇ ਦੀ ਰਾਜਨੀਤੀ ਨਹੀਂ ਚੱਲਣੀ, ਇਹ ਦਿੱਲੀ ਦਾ ਕੰਮ ਆ। ਜਿਨ੍ਹਾਂ 'ਚ ਸ਼ਾਮਿਲ ਹੋਏ ਆ ਉਹ 10 ਸਾਲ ਪਹਿਲਾਂ ਉਹਨਾਂ ਦੀ ਉਸੇ ਪਾਰਟੀ ਦਾ ਇੱਕ ਕੈਂਡੀਡੇਟ ਉਹ ਲੁਧਿਆਣੇ ਦੀ ਆਵਾਜ਼ ਦੀ ਚੱਕ ਕੇ ਗਿਆ, ਇਹ ਕੀ ਕਰੂਗੇ ਹੁਣ? ਜਲੰਧਰ ਬੀਜੇਪੀ 'ਚ ਸ਼ਾਮਿਲ ਹੋ ਗਏ ਸੀ, ਅੱਜ ਇੱਥੇ ਲੁਧਿਆਣੇ, ਅੱਜ ਕਾਂਗਰਸ 'ਚ ਸ਼ਾਮਿਲ ਹੋ ਗਏ। ਇਹ ਮੱਲੇ ਦੀਆਂ ਰਾਜਨੀਤੀਆਂ ਲੋਕ ਜਾਣਦੇ ਆ। ਇਹ ਦਿੱਲੀ ਦਾ, ਲੁਧਿਆਣੇ ਅਤੇ ਪੰਜਾਬ ਦੀ ਆਵਾਜ਼ ਆ। 13-0 ਹੋਣ ਜਾ ਰਿਹਾ ਸਰਦਾਰ ਭਗਵੰਤ ਸਿੰਘ ਮਾਨ ਦੀ। ਦੇਖੋ ਜਿਹੜਾ ਵਿਰੋਧ ਹੋਇਆ ਵਾ ਉਹ ਜ਼ਖਮ ਨੇ ਪੰਜਾਬ ਦੇ ਤੇ ਪੰਜਾਬੀਆਂ ਨੂੰ ਦਿੱਤੇ ਜ਼ਖਮ ਕਾਂਗਰਸ ਵੱਲੋਂ, ਇਹ ਜ਼ਖਮ ਭਰੇ ਨਹੀਂ ਇਹਨਾਂ ਲੋਕਾਂ ਨੇ। ਇਹ ਅੱਗਿਓਂ ਹੋਰ ਗੱਲਾਂ ਕਰਕੇ ਜਦੋਂ ਦੇਖਿਆ, ਤੂੰ ਸਾਡੀ ਉਹ ਛੋਟੀ ਭੈਣ ਵੀ ਆ, ਉਹ ਬਾਬੇ ਨਾਨਕ ਦੇ ਨਾਲ ਪੰਜੇ ਨਾਲ ਆਪਣਾ ਪੰਜਾ ਮਿਲਾ ਰਹੀ ਆ। ਇਹ ਜ਼ਖਮ ਜਾਣ ਕੇ ਹਰਾਏ ਕਰਦੇ ਆ ਇਹ ਲੋਕ, ਇੱਕ ਦੁੱਖ ਦੀ ਨਬਜ਼ ਤੇ ਹੱਥ ਰੱਖ ਕੇ। ਬਾਬੇ ਨਾਨਕ ਦੇ ਪੰਜੇ ਨਾਲ ਕਾਂਗਰਸ ਦਾ ਪੰਜਾ ਕਿਵੇਂ ਮਿਲ ਜੂਗਾ? ਉਹਨੇ 84 'ਚ ਇਹਨਾਂ ਦੇ ਪੰਜੇ ਨੇ ਕੀ ਕੁਛ ਕੀਤਾ? ਬਾਬੇ ਨਾਨਕ ਦੇ ਪੰਜੇ ਨੇ 13-13 ਤੋਲ ਕੇ ਭੁੱਖਿਆਂ ਦਾ ਢਿੱਡ ਭਰਿਆ, ਔਰ ਦੁਨੀਆ ਵਸਾਉਣ 'ਚ ਬਾਬੇ ਨਾਨਕ ਨੇ ਆਪਣਾ ਆਸ਼ੀਰਵਾਦ ਦਿੱਤਾ। ਔਰ ਹਰ ਬੰਦਾ ਜਿਹੜਾ ਅੱਜ ਸੁੱਖ ਮਾਣ ਰਿਹਾ ਬਾਬੇ ਨਾਨਕ ਦੇ ਪੰਜੇ ਦੇ ਆਸ਼ੀਰਵਾਦ ਨਾਲ ਮਾਣ ਰਿਹਾ। ਇਹਨਾਂ ਦਾ ਪੰਜਾ 84 'ਚ ਲੋਕ ਜਾਣਦੇ ਆ ਇਹਨਾਂ ਨੇ ਉਸੇ ਪੰਜੇ ਦੇ ਨਾਲ ਕੀ ਕੁਛ ਇਨਸਾਨੀਅਤ ਦਾ ਕਤਲੇਆਮ ਕੀਤਾ ਸੀਗਾ। ਅੱਜ ਉਸੇ ਕਰਕੇ ਵਿਰੋਧ ਤਾਂ ਹੋ ਰਹੀ ਹੈ ਕਾਂਗਰਸ ਦਾ। ਸਿੱਧੂ ਕਹਿੰਦਾ ਕਿ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲੋਂ ਮਿਲ ਕੇ, ਹੁਣ ਸਿੱਧੂ ਮੂਸੇਵਾਲਾ ਹਾਲ ਕਰਨਾ ਚਾਹੁੰਦੇ ਹੋ? ਭੰਗੜੇ ਦਾ ਬਿੱਟੂ ਤੇ ਰਾਜਾ ਇਕੱਠੇ ਪਾਉਂਦੇ ਆ, ਹੁਣ ਅਸੀਂ ਕਿਵੇਂ ਨਿਸ਼ਾਨਾ ਬਣਾਉਂਦੇ ਹਾਂ? ਅਸੀਂ ਤਾਂ ਆਪਣੀ ਸੇਵਾ ਕਰਦੇ ਫਿਰਦੇ ਆ ਲੋਕਾਂ ਦੀ। ਉਹ ਆਪਸ ਦੇ ਵਿੱਚ ਹੀ ਉਹ ਕਨਈਏ ਦੇ ਉੱਥੇ ਇਕੱਠੇ, ਉਹ ਕ੍ਰਿਸਚਨ ਭਾਈਚਾਰੇ ਨੂੰ ਦੇਖਿਆ ਉੱਥੇ ਕੈਸੇ ਲਫਾਜ ਇਹਨਾਂ ਦੋਨਾਂ ਨੇ ਖੜ ਕੇ ਬੁਲਵਾਏ ਆ ਲੋਕਾਂ ਤੋਂ। ਇਹ ਜਦੋਂ ਕਨਈਆ ਬੋਲਦਾ ਸੀਗਾ ਉਦੋਂ ਇਹ ਦੋਨੇ ਉੱਠ ਕੇ ਕਹਿੰਦੇ ਜੇ ਪੰਜਾਬ ਦੇ ਭਲੇ ਲਈ ਜਾਂ ਪੰਜਾਬ ਦੀ ਏਕਤਾ ਲਈ। ਅੱਜ ਕ੍ਰਿਸਚਨ ਭਾਈਚਾਰੇ ਕੋਲ ਕਿਹੜੇ ਮੂੰਹ ਨਾਲ ਦੋਨੇ ਵੋਟਾਂ ਮੰਗਣ ਜਾਊਗੇ, ਜਿਹੜਾ ਉਹਨਾਂ ਦੇ ਹਾਜ਼ਰੀ ਦੇ ਵਿੱਚ ਘਲਈਏ ਨੇ ਗੱਲਾਂ ਕਹੀਆਂ ਨੇ? ਦੇਖੋ ਇਹਨਾਂ ਦਾ ਕੰਮ ਆ ਪਹਿਲਾਂ ਕਰ ਲਓ ਫਿਰ ਮਾਫ਼ੀ ਮੰਗ ਲਓ। ਇਹ ਕੀ ਕੰਮ ਆ ਜਿਹੜਾ ਭਾਈਚਾਰੇ ਨੂੰ ਅਗਲੇ ਨੂੰ ਠੇਸ ਪਹੁੰਚਦੀ ਆ? ਕਿਉਂ ਨਾ ਚਰਚ ਬਣੂਗੀ, ਕਿਉਂ ਨਾ ਮੰਦਰ ਬਣੂਗਾ, ਕਿਉਂ ਨਾ ਗੁਰਦੁਆਰਾ ਬਣੂਗਾ, ਕਿਉਂ ਨਾ ਮਸਜਿਦ ਬਣੂਗੀ? ਇਹ ਆਮ ਆਦਮੀ ਪਾਰਟੀ ਆ, ਇਹ ਸਾਰਿਆਂ ਦੇ ਧਰਮਾਂ ਦਾ ਕਦਰ ਕਰਕੇ ਔਰ ਮੁੱਠੀ ਬੰਨ ਕੇ
ਹਰ ਧਰਮ ਦੇ ਹੀ ਰਿਸਪੈਕਟ ਕਰਦੇ ਨੇ। ਸਿੱਧੂ ਮੂਸੇਵਾਲੇ ਦੇ ਫਾਦਰ ਨੇ ਰੋਕ ਲਾਇਆ ਕਿ ਇਨਸਾਫ ਨਹੀਂ ਮਿਲ ਪਾਇਆ ਉਹਨਾਂ ਨੂੰ, ਬਲਕੌਰ ਸਿੰਘ ਨੇ ਰੋਕ ਲਾਇਆ ਕਿ ਦੇਖੋ ਰਾਜਾ ਜੋ ਮਰਜ਼ੀ ਕਹੀ ਜਾਵੇ, ਉਹ ਜਵਾਕ ਸਾਡੇ ਪੰਜਾਬ ਦੀ ਇੱਕ ਸ਼ਾਨ ਸੀ, ਉਹ ਸਾਡੇ ਪੰਜਾਬ ਦਾ ਨਾਮ ਸੀ। ਉਹਦੇ ਜਾਣ ਨਾਲ ਇਕੱਲੇ ਰਾਜੇ ਨੂੰ ਨਹੀਂ ਦੁੱਖ ਹੋਇਆ ਜਾਂ ਕਿਸੇ ਨੇ, ਸਾਰੀ ਇਨਸਾਨੀਅਤ ਨੂੰ ਦੁੱਖ ਹੋਇਆ, ਉਹਦਾ ਸਾਰਿਆਂ ਨੂੰ ਦੁੱਖ ਆ। ਸਾਡੀ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਵੀ ਉਹਦਾ ਬਹੁਤ ਵੱਡਾ ਦੁੱਖ ਆ। ਇਹਨਾਂ ਨੂੰ ਕਹੋ ਰੋਟੀਆਂ ਨਾ ਸੇਕੋ, ਇਹੋ ਜਿਹੇ ਉਹਨਾਂ ਦੇ ਜ਼ਖਮ ਨੇ, ਇਹ ਉਹਨੇ ਉੱਤੇ ਰੋਟੀਆਂ ਸੇਕ ਰਹੇ ਆ ਰਾਜਨੀਤੀ। ਤੁਸੀਂ ਮੈਨੂੰ ਇਹ ਦੱਸੋ, ਬਿੱਟੂ ਨੇ ਜਿਹੜੇ ਲੋਕਤੰਤਰ ਦੀ ਸਹੁੰ ਖਾਧੀ ਆ, 10 ਸਾਲ ਉਹ ਐਮ ਪੀ ਰਿਹਾ ਵਾ, ਕਿਉਂ ਟੈਕਸ ਨਾ ਦਊਗਾ? ਤੁਸੀਂ ਆ ਜਿੰਨੇ ਪੱਤਰਕਾਰ ਵੀਰ ਖੜੇ ਹੋ, ਬਾਕੀ ਬੰਦੇ ਖੜੇ ਆ, ਆਪਾਂ ਲੋਕ ਟੈਕਸ ਨਹੀਂ ਦਿੰਦੇ? ਦਿੰਦੇ ਆ ਨਾ, ਉਹਨੂੰ ਪੁੱਛੋ ਜਵਾਬ ਲੈ ਕੇ ਫਿਰ ਉਹਦੇ ਕੋਲੋਂ ਵੀ ਕਿਉਂ ਨਹੀਂ ਦਏਗਾ ਤੂੰ ਟੈਕਸ? ਉਹ ਕੋਈ ਅਲੱਗ ਚੀਜ਼ ਤਾਂ ਨਹੀਂ ਹੈਗਾ ਬਿੱਟੂ, ਜੇ ਮੈਂ ਟੈਕਸ ਦਿੰਦਾ, ਭੋਲਾ ਜੀ, ਸਿੱਧੂ, ਮੋਹੀ ਸਾਹਿਬ, ਅਸੀਂ ਸਾਰੇ ਟੈਕਸ ਦਿੰਦੇ ਹਾਂ, ਤੇ ਫਿਰ ਉਹਨੂੰ ਟੈਕਸ ਦੇਣ 'ਚ ਕੀ ਹਰਜ ਆ? ਪਹਿਲਾਂ ਤਾਂ ਉਹਦੇ 'ਤੇ ਕਾਰਵਾਈ ਇਸ ਗੱਲ ਦੀ ਹੋਣੀ ਚਾਹੀਦੀ, ਉਹਨੇ ਇੰਨੀ ਦੇਰ ਦਿੱਤਾ ਕਿਉਂ ਨਹੀਂ? ਪਹਿਲਾਂ ਤਾਂ 1,80,00,000 ਰੁਪਈਆ ਰਾਤੋ ਰਾਤ ਕਿਹੜੀ ਬਿੱਟੂ ਦੇ ਅੰਦਰ ਉੱਤੇ ਮਸ਼ੀਨ ਲੱਗੀ ਆ, ਜਿਹੜਾ ਉਹਨੇ ਛਾਪ ਕੇ ਜਮ੍ਹਾਂ ਕਰਾਤਾ, ਜਿਹੜਾ 8 ਸਾਲ ਕਰਾਇਆ ਨੀਗਾ, ਉਹਦੀ ਵੀ ਇਨਕੁਆਇਰੀ ਹੋਣੀ ਚਾਹੀਦੀ ਆ ਵੀ ਉਹ ਕਿੱਥੋਂ ਐਟ ਏ ਟਾਈਮ 1,80,00,000 ਰੁਪਈਆ ਆਇਆ, ਕਿਹਨੇ ਦਿੱਤਾ ਔਰ ਕਿਵੇਂ ਕਿੱਥੋਂ ਲੈ ਕੇ ਆਇਆ? ਮੇਰੇ ਕੋਲ ਆ ਕੇ ਸੌ ਰੁਪਏ ਉੱਥੇ ਜਾਂ ਸਿੱਧੂ ਵਾਲਾ ਬੈੱਡ ਪਿਆ ਵਾ ਪੰਜਾਬ ਪ੍ਰਦੇਸ਼ ਕਾਂਗਰਸ ਚ, ਇੰਨੀ ਕੁ ਤਾਂ ਲਿਆ ਜਾਏਗੀ ਆ, ਉੱਥੋਂ ਚੱਕ ਲਿਆਵੇ।